सत श्री अकाल जी। अज असीं पहुंचे हाँ बाबा बकाला साहिब दे विच, जिथे हलका विधायक संतोख सिंह जी बहुत ही शलाघाजोग काम कर रहे ने। अपने पिंड दे विच इन्हां ने फ्री दवाइयां कैंपस लगा के और उस तो वध लोड़वंदां नूं राशन सुक्का जो घर घर पहुँचा के, एक होर वड्डी गल कि सोशल डिस्टेंस का बहुत ध्यान रखते हुए इन्होंने अपने पिंड दे विच जो कैंप लगाया है। आप हुण गलबात करते हैं संतोख सिंह भलाईपुर जी। देखो जी साडा हलका बाबा बकाले बड़ी सुख शांति है, लोग बड़े सरकार दीआं हदायतां ते चल रहे, पर कुछ लोग है जिहड़े थोड़ा जिहा जिहड़े समझ घट आ जां अजे जंग लोग के मुंडे आ, उह वी पहलों करदे सी, हुण उह वी बड़े ध्यान दे नाल उह वी समझ गया, उहनां नूं सरपंचां ने साडियां टीमां ने समझाया, उह वी अज जिहड़ा वा घरां विच बैठ के ते सरकार दीआं हदायतां दे मुताबक कर रहे रहे। बड़ा धन्नवाद करदा साडे मुख्यमंत्री साहब दा, कैप्टन अमरिंदर सिंह जी दा, जिन्हां ने बड़े टाइम दे नाल बड़ी सूझबूझ दे नाल जिहड़ा लॉकडाउन कीता, इहदे नाल साडा पंजाब जिहड़ा वा बचिआ, नहीं तो अज नूं बहुत ज़्यादा जरा पंजाब का नुकसान होना सी। और साडे देश के प्रधानमंत्री साहब ने भी उन्होंने भी वधिया कीता, वधिया उपराले कीते, जिहड़ा लॉकडाउन है ये कीता वा उहदे नाल जिहड़ा वा साडे इंडिया का बचाव होया। अजे भी बड़ा सानू सचेत रहना चाहिए क्योंकि अजे भी जिहड़ी आ जिहड़े मरीज उन्हां दी गिणती दिनों दिन वधदी आ, जिन्ना चिर इस चीज़ ते कंट्रोल नहीं हुंदा ਆਪਾਂ ਨੂੰ ਘਰਾਂ 'ਚੋਂ ਨਹੀਂ ਨਿਕਲਣਾ ਚਾਹੀਦਾ ਔਰ ਸਰਕਾਰ ਦੀਆਂ ਹਦਾਇਤਾਂ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ। ਔਰ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਨੇ ਘਰ ਘਰ ਰਾਸ਼ਨ ਪਹੁੰਚਾਉਣ ਦਾ ਉਪਰਾਲਾ ਕੀਤਾ, ਔਰ ਸਾਡੇ ਹਲਕੇ ਬਾਬੇ ਬਕਾਲੇ ਨੂੰ ਸਾਨੂੰ ਪਹਿਲਾਂ 1500 ਕਿੱਟ ਮਿਲੀ ਔਰ 1500 ਫਿਰ ਕਿੱਟ ਮਿਲੀ, ਯਾਨੀ 3000 ਕਿੱਟ ਜਿਹੜੀ ਸਾਡੇ ਹਲਕੇ ਬਾਬੇ ਬਕਾਲੇ ਨੂੰ ਪਹੁੰਚ ਗਈ। ਅਸੀਂ ਉਹ ਘਰ ਘਰ ਸਰਪੰਚਾਂ ਦੇ ਰਾਹੀਂ ਪੰਚਾਇਤ ਸੈਕਟਰੀ ਚਲਾਏ ਨੇ, ਨਾਲ ਜੀਓ ਜੀ ਲਾਏ ਆ, ਇਹ ਨੰਬਰਦਾਰ ਪਿੰਡ ਦਾ ਸਰਪੰਚ ਸਾਹਿਬ ਸਾਰੀ ਟੀਮ ਬਣਾ ਕੇ ਯਾਨੀ ਕਮੇਟੀ ਬਣਾ ਕੇ ਹਰ ਘਰ ਜਿਹੜਾ ਵਾ ਰਾਸ਼ਨ, ਜਿਹੜੇ ਗਰੀਬ ਲੋਕ ਆ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਗਏ, ਨੀਲੇ ਕਾਰਡ ਨਹੀਂ ਗਏ, ਉਹਨਾਂ ਦੇ ਘਰ ਜਿਹੜਾ ਵਾ ਅਸੀਂ ਰਾਸ਼ਨ ਪਹੁੰਚਾਉਣ ਦਾ ਪ੍ਰਬੰਧ ਕਰ ਲਿਆ ਕਿ ਸਰਕਾਰ ਨੇ ਬੜਾ ਵੱਡਾ ਪ੍ਰਬੰਧ ਕੀਤਾ। ਰਾਸ਼ਨ ਤੋਂ ਇਲਾਵਾ ਹੋਰ ਵੀ ਕਈ ਸਮੱਸਿਆ ਆ ਰਹੀ ਲੋਕਾਂ ਨੂੰ, ਜਿਵੇਂ ਦਵਾਈ ਦੀ ਕੋਈ ਐ ਨਹੀਂ, ਮਤਲਬ ਕਿ ਆਪਣਾ ਹੋਰ ਵੀ ਪ੍ਰੋਬਲਮ ਹੈ, ਉਹ ਸਮੱਸਿਆ ਦਾ ਕਿਵੇਂ ਹੱਲ ਹੋ ਰਿਹਾ? ਦੇਖੋ ਜਿਹੜੀ ਡਾਕਟਰੀ ਸਹਾਇਤਾ ਦੀ ਗੱਲ ਕਰ ਲਈਏ, ਸਾਡੇ ਰਈਏ ਦੇ ਵਿੱਚ ਇੱਕ ਕਲੀਅਰ ਹੋਸਪਿਟਲ ਹੈ, ਡਾਕਟਰ ਕਲੇਰ ਸਾਹਿਬ ਅੱਜ ਵੀ ਮੌਜੂਦ ਨੇ ਇੱਥੇ, ਉਹਨਾਂ ਨੇ ਵੀ ਬੜੀ ਸੇਵਾ ਕੀਤੀ ਆ, ਰਾਤ ਦਿਨ ਉਹਨਾਂ ਨੇ ਹੋਸਪਿਟਲ ਆਪਣਾ ਖੁੱਲ੍ਹਾ ਰੱਖਿਆ, ਕਈ ਡਾਕਟਰ ਸਦੈਨ ਬੜੇ ਬੜੇ ਹੋਸਪਿਟਲ ਜਿਹੜੇ ਆ ਉਹ ਬੰਦ ਕਰਕੇ ਲੋਕ ਜਿਹੜੇ ਆ ਉਹ ਗਾਇਬ ਹੋ ਗਏ ਸੀ ਡਾਕਟਰ ਸਾਹਿਬ। ਔਰ ਸਾਡੇ CM ਸਾਹਿਬ ਨੇ ਵੀ ਹਦਾਇਤਾਂ ਕੀਤੀਆਂ ਵਾ ਕਿ ਜਿੰਨੇ ਜਿਹੜੇ ਪ੍ਰਾਈਵੇਟ ਹੋਸਪਿਟਲ ਆ ਉਹਨਾਂ ਨੂੰ ਖੁੱਲ੍ਹਣਾ ਯਕੀਨੀ ਬਣਾਇਆ ਜਾਵੇ ਔਰ ਲੋਕਾਂ ਦੀ ਸੇਵਾ 'ਚ ਉਹਨਾਂ ਨੂੰ ਜੁਟਣਾ ਚਾਹੀਦਾ। ਔਰ ਅੱਜ ਵੀ ਅਸੀਂ ਇੱਥੇ ਕੈਂਪ ਲਾਇਆ ਸੀ ਦਵਾਈਆਂ ਦਾ ਫਰੀ ਕੈਂਪ, ਡਾਕਟਰ ਕਲੇਰ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਇੱਥੇ ਪਹੁੰਚੀ ਹੈ ਔਰ ਅੱਜ ਪਿੰਡ ਭਲਾਈਪੁਰ ਦੇ ਵਿੱਚ ਅਸੀਂ ਕੈਂਪ ਲਾਇਆ ਵਾ ਔਰ ਇੱਕ ਦੋ ਦਿਨ ਵਿੱਚ ਹੋਰ ਵੱਡੇ ਪਿੰਡ ਜਿਹੜੇ ਉੱਥੇ ਅਸੀਂ ਕੈਂਪ ਲਾਵਾਂਗੇ ਔਰ ਫਰੀ ਦਵਾਈਆਂ ਜਿਹੜੀਆਂ ਉਹਨਾਂ ਨੂੰ ਮੁਹੱਈਆ ਕਰਾਵਾਂਗੇ ਔਰ ਲੋਕਾਂ ਦੀਆਂ ਜਿਹੜੀਆਂ ਵਾ ਦੁੱਖ ਤਕਲੀਫਾਂ ਵਾ, ਹੁਣ ਅੱਜ ਜਿਹੜਾ ਵਾ ਮਾਹੌਲ ਜਿਹੜਾ ਵਾ ਤੁਹਾਨੂੰ ਪਤਾ ਕਿ ਬਾਹਰ ਜਾ ਨਹੀਂ ਸਕਦੇ ਲੋਕ, ਅਸੀਂ ਚਾਹੁੰਦੇ ਕਿ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਜਾ ਕੇ ਇਹ ਸਹੂਲਤ ਦਿੱਤੀ ਜਾਵੇ। ਅਸੀਂ ਅੱਜ ਤੋਂ ਇੱਥੋਂ ਪਿੰਡ ਤੋਂ ਸ਼ੁਰੂ ਕੀਤਾ ਹੈ ਕੰਮ, ਜਲਦੀ ਹੋਰ ਵੀ ਸਾਡੇ ਹੋਸਪਿਟਲ ਟੀਮਾਂ ਦੇ ਨਾਲ ਸਾਡੀ ਜਿਹੜੀ ਉਹ ਗੱਲ ਹੋ ਰਹੀ ਹੈ ਔਰ ਜਲਦੀ ਅਸੀਂ ਜਿਹੜੀ ਦਵਾਈ ਜਾਂ ਮੈਡੀਕਲ ਆ ਉਹ ਸਾਰੇ ਤਾਈਂ ਮੁਹੱਈਆ ਕਰਾਉਣਾ। ਸਰਕਾਰ ਵੀ ਇਸ ਗੱਲ 'ਤੇ ਚਿੰਤਤ ਆ ਕਿ ਜਿਹੜੇ ਚੈਨਲ ਆ ਇਸ ਚੈਨਲ ਦੇ ਜਿੰਨੇ ਵੀ ਪੱਤਰਕਾਰ ਸਾਹਿਬਾਨ ਐਡੀਟਰ ਸਾਹਿਬ ਔਰ ਇਹਨਾਂ ਦਾ ਮੈਂ ਬੜਾ ਧੰਨਵਾਦੀ ਹਾਂ, ਜਿਹੜੀ ਇਹ ਹਰ ਥਾਂ ਦੀ ਗੱਲ ਜਿਹੜੀ ਆ ਉੱਪਰ ਸਾਰੇ ਸਾਡੀ ਪਬਲਿਕ ਦੇ ਵਿੱਚ ਇੰਡੀਆ ਦੇ ਵਿੱਚ ਔਰ ਬਾਹਰਲੇ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ, ਇਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ। ਔਰ ਮੈਂ ਬੇਨਤੀ ਕਰਦਾ ਵਾਂ ਪੰਜਾਬ ਨਿਵਾਸੀਆਂ ਨੂੰ, ਇੰਡੀਆ ਨਿਵਾਸੀਆਂ ਨੂੰ ਕਿ ਜੋ ਸਰਕਾਰ ਦੀਆਂ ਹਦਾਇਤਾਂ ਉਹਨਾਂ ਨੂੰ
मनन और घर में रह के अपना टाइम बतीत कर, क्योंकि इस बीमारी का ही इलाज है कि आपको अपने घर रहें। ये मेरी सारे हाँ जी, ये सन बाबा बकाला साहिब हलका तो विधायक संतोख सिंह जी, मैं विश्वजीत सिंह, मेरे नाल कैमरामैन सुनील कुमार, सारे दर्शकों का स्वागत वॉइस ऑफ इंडिया देखते हैं। बहुत बहुत धन्यवाद जी।